ਜਦੋਂ ਟੈਲੈਂਟ ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ। ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਹੈ। ਕਹਿੰਦੇ ਨਹੀਂ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਹੀ ਕਰ ਦਿਓ, ਪਰ ਫਿਰ ਇਹ ਭੁੱਲ ਜਾਂਦੇ ਨੇ ਵੀ ਬਦਨਾਮੀ ਨਾਲ ਸਿਰਫ ਅਸੀਂ ਬਦਨਾਮ ਹੋ ਸਕਦੇ ਹਾਂ, ਨਾਕਾਮ ਨਹੀਂ ਹੋ ਸਕਦੇ। ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਿੰਨਾ ਚਿਰ ਤੁਹਾਡੀ ਸੇਫਟੀ ਲਈ ਹੈ। ਜਦੋਂ ਕਿਸੇ 'ਤੇ ਹਵਾ ਕਰਨ ਲੱਗ ਜਾਓ ਤਾਂ ਮਾੜੀ ਚੀਜ਼ ਆਪਦੇ ਲਈ ਵੀ ਅਤੇ ਦੂਜੇ ਲਈ ਵੀ। ਪਰ ਅੱਗੇ ਕੌਣ ਆਉਂਦਾ ਜਿਹਦੇ ਇੱਥੇ ਸਫਾਈ ਆ? ਜੇ ਤੁਸੀਂ ਇੱਥੋਂ ਮਾੜਾ ਸੋਚਦੇ ਨਾ ਕਿਸੇ ਦਾ, ਪੁੱਠੇ ਹੋ ਜਾਓ, ਤੁਸੀਂ ਨਹੀਂ ਕੁਛ ਬਣ ਸਕਦੇ। ਸਟਾਰ ਕੋਈ ਉਹ ਨਹੀਂ ਵੀ ਮੇਰੇ ਵਰਗਾ ਕੁੜਤਾ ਪਜਾਮਾ ਪਾ ਕੇ ਸਟੇਜ 'ਤੇ ਖੜ ਗਿਆ। ਵਾਹ ਵਾਹ ਕਰਾਤੀ ਜੀ, ਸਿੱਧੂ ਮੂਸੇ ਵਾਲਾ ਸਟਾਰ ਹੈ ਜਿਹੜਾ ਆਪਦੇ ਮਾਂ ਪਿਓ ਨੂੰ ਦੋ ਟਾਈਮ ਦੀ ਰੋਟੀ ਇੱਜ਼ਤ ਨਾਲ ਦਿੰਦਾ ਨਾ, ਉਹ ਹਰੇਕ ਹਰੇਕ ਪੁੱਤ ਸਟਾਰ ਆਪਦੇ ਪਿਓ ਵਾਸਤੇ। ਹਿੱਕ 'ਚ ਜ਼ੋਰ ਚਾਹੀਦਾ, ਕਲਮ 'ਚ ਜ਼ੋਰ ਚਾਹੀਦਾ, ਗੀਤ ਤਾਂ ਚੱਲਦਾ ਗੁੱਚੀ ਬੂਟਾਂ ਨਾਲ ਨਹੀਂ ਚੱਲਦਾ।